بسم اللہ الرحمن الرحیم السلام علیکم امید ہے کہ تو سب لوگ خیریت نا ہو گے اللہ پاک تمام سب نو اپنے کراں جو خوش رکھے شاد رکھے باحال رکھے تے سخی رکھے آمین سو آمین اچھا جی اج اسی بناون لگی ہاں آلو بینگن تے سری والے چاول اودے لیے سانو جب تو پہلے چاہیے دے نے چوب کیتے ہوئے پیاز دو عدد جے میں چوب کر کے کڑائی چے پا دتے نے اُتے بعد اسی سوری پیاز براؤن ہو جان گے تے اسی ا دے وچ پا دواں گے ٹماٹر لہسن ہرییاں مرچاں چوب کیتیاں ہوئیاں 10 ਤੋਂ 4 ਅਧਮਟ ਮਟਰ ਲੈ ਸੀ ਛੋਟੇ ਸਾਈਜ਼ ਦੇ ਸੀਗੇ ਹਰੀਆਂ ਮਿਰਚਾਂ ਲਈ ਸੀ ਤਿੰਨ ਅਧ ਤੇ ਲਸਣ ਲਈ ਸੀ ਇੱਕ ਗੁੱਟੀ ਇਹਨਾਂ ਚੀਜ਼ਾਂ ਨੂੰ ਚੌਪ ਕੀਤਾ ਕਰਕੇ ਮੈਂ ਪਿਆਜ਼ ਦੇ ਵਿੱਚ ਸ਼ਾਮਿਲ ਕਰ ਦਿੱਤਾ ਸ਼ਾਮਿਲ ਕਰਨ ਤੋਂ ਬਾਅਦ ਅਸੀਂ ਅੁੱਛੇ ਤਰੀਕੇ ਨਾਲ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦਵਾਂਗੇ ਸਪਾਈਸਿਸ ਸਪਾਈਸਿਸ ਪਾਉਣ ਲਈ ਸਾਨੂੰ ਸਭ ਤੋਂ ਪਹਿਲੇ ਚਾਹੀਦਾ ਹੈ ਕਿ ਅਸੀਂ ਹਲਦੀ ਪਾ ਦਵਾਂਗੇ ਇਹਦੇ ਵਿੱਚ ਇਹਦੇ ਵਿੱਚ ਹਲਦੀ ਐਡ ਕਰ ਦਵਾਂਗੇ ਹਲਦੀ ਐਡ ਕਰਕੇ ਥੋੜੀਆਂ ਜੀਆਂ ਪੀਸੀ ਹੋਈਆਂ ਲਾਲ ਮਿਰਚਾਂ ਪਾ ਦਵਾਂਗੇ ਤੁਸੀਂ ਆਪਣੇ ਜ਼ਾਇਕੇ ਦੇ ਹਿਸਾਬ ਨਾਲ ਪਾ ਸਕਦੇ ਹੋ ਨਮਕ ਐਡ ਕਰ ਦਵਾਂਗੇ ਸੁੱਕਾ ਧਨੀਆ ਐਡ ਕਰ ਦਵਾਂਗੇ ਆਸਾਨੀ ਚੀਜ਼ਾਂ ਦੇ ਵਿੱਚ ਅਸੀਂ ਐਡ ਕਰ ਦਵਾਂਗੇ ਐਡ ਕਰਨ ਤੋਂ ਬਾਅਦ ਆ ਦੇਖੋ ਜੀ ਅਸੀਂ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਇਸ ਤਰੀਕੇ ਨਾਲ ਭੁੰਨ ਲਵਾਂਗੇ ਭੁੰਨਣ ਤੋਂ ਬਾਅਦ ਅਸੀਂ ਜਿਹੜੇ ਆਲੂ ਬਿੰਗਨ ਨੇ ਆਲੂ ਨੂੰ ਵੀ ਮੈਂ ਛਿੱਲਿਆ ਸੀਗਾ ਤੇ ਜਿਹੜੇ ਬਿੰਗਨ ਸੀਗੇ ਉਹ ਵੀ ਮੈਂ ਛਿਲਕੇ ਛਿਲਕੇ ਉਹਨਾਂ ਦੀ ਕਟਿੰਗ ਕਰ ਲਈ ਸੀ ਤੁਸੀਂ ਜਿਸ ਤਰ੍ਹਾਂ ਦੀ ਤੁਹਾਨੂੰ ਸ਼ੇਪ ਪਸੰਦ ਤੁਸੀਂ ਉਸ ਤਰ੍ਹਾਂ ਦੀ ਸ਼ੇਪ ਕਟਿੰਗ ਕਰ ਸਕਦੇ ਹੋ ਉਤਬਾਦ ਇਹਨਾਂ ਸਾਰੀ ਚੀਜ਼ਾਂ ਨੂੰ ਇਹਦੇ ਵਿੱਚ ਪਾ ਦਿੱਤਾ ਸੀਗਾ ਬਿੰਗਨ ਨੂੰ ਛਿੱਲਣ ਦਾ ਫਾਇਦਾ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਸਮਝ ਨਹੀਂ ਆਉਂਦਾ ਕਿ ਅਸੀਂ ਪਕਾਇਆ ਕੀ ਹੈ ਆਲੂ ਬਿੰਗਨ ਬਣਾਏ ਹਨ ਤਾਂ ਆ ਬਿੰਗਨ ਉਹਦੇ ਵਿੱਚੋਂ ਗਾਇਬ ਹੈ ਕਿਉਂਕਿ ਬਿੰਗਨ ਜਿਹੜੇ ਨੇ ਜਦੋਂ गल ਜਾਣਗੇ ਉਹਨਾਂ ਦਾ ਇੱਕ ਮਸਾਲਾ ਬਣ ਜਾਏਗਾ ਇਸ ਲਈ ਬੱਚਿਆਂ ਨੂੰ ਸਮਝ ਨਹੀਂ ਲੱਗਦੀ ਕਿ ਅਸੀਂ ਆਲੂ ਬਿੰਗਨ ਪਕਾਏ ਨੇ ਕਿ ਆਲੂ ਦੀ ਭੁਜੀਆ ਬਣਾਈ ਹੈ ਇਸ ਲਈ ਬਿੰਗਨ ਨੂੰ ਮੈਂ ਛਿੱਲ ਕੇ ਬਣਾਉਣੀ ਆ ਅੱਛਾ ਜੀ ਥੋੜੀ ਜਿਹੀ ਦਮ ਤੇ ਰੱਖ ਦਵਾਂਗੇ ਆ ਦੇਖੋ 10 ਤੋਂ 15 ਮਿੰਟ ਹੋ ਚੁੱਕੇ ਨੇ ਸਾਡਾ ਆਲੂ ਬਿੰਗਨ ਦਾ ਸਲਣ ਬੜਾ ਮਜ਼ੇਦਾਰ ਤੇ ਡਿਲੀਸ਼ੀਅਸ ਕਿਸਮ ਦਾ ਤਿਆਰ ਹੋ ਚੁੱਕਿਆ ਨਾਲ ਉਹ ਜਿਹੜੇ ਬਿੰਗਨ ਸੀ ਦੇਖੋ ਉਹ ਬਿਲਕੁਲ ਮਸਾਲੇ ਜਿਹੀ ਤਰ੍ਹਾਂ ਬਣ ਚੁੱਕੇ ਨੇ ਤੇ ਉਸ ਤੋਂ ਬਾਅਦ ਅਸੀਂ ਜੀਰੇ ਵਾਲੇ ਚਾਵਲ ਮੈਂ ਬਣਾ ਲਏ ਸੀਗੇ ਉਸ ਤੋਂ ਬਾਅਦ ਅਸੀਂ ਉੱਤੇ ਹਰਾ ਧਨੀਆ ਪਾ ਦਵਾਂਗੇ ਜੀਰੇ ਵਾਲੇ ਚਾਵਲ ਜਿਹੜੇ ਸੀ ਮੈਂ ਬਣਾ ਲਏ ਸੀਗੇ ਉਹਦੀ ਰੈਸਪੀ ਤਾਂ ਅਲਹਮਦੁਲਿਲਾ ਮੈਨੂੰ ਪਤਾ ਹੈ ਮੇਰੀ ਸਭੀਆਂ ਭੈਣਾਂ ਨੂੰ ਆਉਂਦੀ ਹੈ ਤੇ ਅੱਛਾ ਜੀ ਚਾਵਲ ਡਿਸ਼ ਆਊਟ ਕਰ ਲਵਾਂਗੇ ਨਾਲ ਅਸੀਂ ਅਮ ਬਿੰਗਨ ਤੇ ਆਲੂ ਦਾ ਸਾਲਨ ਜਿਹੜਾ ਹੈ ਆਲੂ ਬਿੰਗਨ ਦਾ ਸਾਲਨ ਉਹ ਦੀ ਸ਼ਾਟ ਕਰਕੇ ਤੇ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਉਂਦੇ ਆ ਕਿ ਇਹ ਕੈਸਾ ਲੱਗਦਾ ਪਿਆ ਹਾਂ ਹਾਂਜੀ ਜੀ ਇਹ ਵੇਖੋ ਜੀ ਸਾਡੇ ਆਲੂ ਬਿੰਗਨ ਤੇ ਰਿਜ਼ੇਰੇ ਵਾਲੇ ਚਾਵਲ ਕਿੱਦਿ ਸੋਹਣੇ ਲੱਗਦੇ ਪਏ ਨੇ ਬੜੇ ਸੋਹਣੇ ਲੱਗਦੇ ਪਏ ਨੇ ਅੱਛਾ ਜੀ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਹੋਵੇ ਤੇ ਮੇਰੇ ਚੈਨਲ ਨੂੰ ਲਾਈਕ ਕਰ ਦੇਣਾ ਸਬਸਕ੍ਰਾਈਬ ਕਰ ਦੇਣਾ ਸ਼ੇਅਰ ਕਰ ਦੇਣਾ ਫਰੈਂਡਸ ਤੇ ਫੈਮਿਲੀ ਮੈਂਬਰਸ ਦੇ ਨਾਲ ਤੇ ਛੋਟਾ ਜਿਹਾ ਕਮੈਂਟਸ ਲਾਜ਼ਮੀ ਪਾਸ ਕਰਨਾ ਮੇਰੀ ਹੌਸਲਾ ਵਸਾਈ ਲਈਏ ਜਲਦ ਹਾਜ਼ਰ ਹੋਵਾਂਗੇ ਕੋਈ ਨਵੀਂ ਵੀਡੀਓ ਲੈ ਕੇ ਕੋਈ ਨਵਾਂ ਵਲੌਗ ਲੈ ਕੇ ਇਹ ਜਲਦਾ ਚਾਹਨੇ ਆ ਅਲ ਹਾਪੀਸ ਰਬ ਰਾਕਾ